ਸਤਿ ਸ਼੍ਰੀ ਅਕਾਲ ਜੀ ਸਾਹਿਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਹਮਨ ਕੋਲੀ ਤੇ ਆਓ ਨਜ਼ਰ ਮਾਰਦੇ ਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਫ਼ਤਰ ਸਕਤਰ ਦੀ ਕਰੋਨਾ ਰਿਪੋਰਟ ਆਈ ਪੋਜ਼ਿਟਿਵ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਫ਼ਤਰ ਦੇ ਸਕੱਤਰ ਮਨਪ੍ਰੀਤ ਸਿੰਘ ਦੀ ਕਰੋਨਾ ਸਬੰਧੀ ਰਿਪੋਰਟ ਪੋਜ਼ਿਟਿਵ ਆਉਣ ਤੇ ਉਹਨਾਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ ਦੱਸਿਆ ਜਾਂਦਾ ਹੈ ਕਿ ਮਨਪ੍ਰੀਤ ਸਿੰਘ ਨੇ ਸ਼ੱਕ ਦੇ ਆਧਾਰ ਤੇ ਆਪਣਾ ਸੈਂਪਲ ਖੁਦ ਦਿੱਤਾ ਜਿਸ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਦੀ ਪੁਸ਼ਟੀ ਕੀਤੀ ਹੈ 29 ਜੂਨ ਤੋਂ ਖੁੱਲੇਗਾ ਕਰਤਾਰਪੁਰ ਸਾਹਿਬ ਕੋਰੀਡੋਰ ਸਾਰੇ ਸਿੱਖ ਸ਼ਰਧਾਲੂਆਂ ਨੂੰ ਪ੍ਰਵੇਸ਼ ਦੀ ਮਨਜ਼ੂਰੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੱਦੇਨਜ਼ਰ ਪਾਕਿਸਤਾਨ ਨੇ 29 ਜੂਨ ਤੋਂ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲਣ ਦਾ ਫੈਸਲਾ ਲਿਆ ਹੈ ਇਸ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਗੁਰੈਸ਼ੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਕੋਵਿਡ-19 ਦੇ ਕਾਰਨ ਭਾਰਤ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਨੂੰ 16 ਮਾਰਚ ਤੋਂ ਬੰਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਸ਼ਰਧਾਲੂਆਂ ਦੀ ਜਾਣ ਤੇ ਰੋਕ ਲੱਗ ਗਈ ਸੀ ਬੈਸੰਝੇ ਟਰਮੀਨਲ ਤੇ ਤਨਾਤ ਕਸਟਮ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਰੀਡੋਰ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਨੋਵਲ ਕਰੋਨਾ ਵਾਇਰਸ ਦਾ ਖਤਰਾ ਘਟ ਨਹੀਂ ਹੋ ਜਾਂਦਾ ਜ਼ਿਕਰਯੋਗ ਹੈ ਕਿ 72 ਸਾਲ ਦੇ ਇੰਤਜ਼ਾਰ ਮਗਰੋਂ 2019 ਚ 9 ਨਵੰਬਰ ਨੂੰ ਇਹ ਕੋਰੀਡੋਰ ਖੁੱਲਿਆ ਸੀ ਕੋਰੀਡੋਰ ਖੁੱਲਣ ਮਗਰੋਂ 128 ਦਿਨਾਂ 'ਚ 62206 ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਪੰਜਾਬ ਦੇ ਮੁੱਖ ਮੰਤਰੀ ਨੇ ਮਿੰਨੀ ਬੱਸਾਂ ਸਮੇਤ ਸਾਰੀਆਂ ਬੱਸਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲਦ ਹੀ ਮਿੰਨੀ ਬੱਸਾਂ ਸਮੇਤ ਸਾਰੀਆਂ ਬੱਸਾਂ ਵਿੱਚ ਯਾਤਰੀਆਂ ਦੀ ਸਮਰੱਥਾ ਤੇ ਲੱਗੀ ਰੋਕ ਹਟਾਉਣ ਦਾ ਐਲਾਨ ਕੀਤਾ ਪਰ ਮਾਸਕ ਲਾਜ਼ਮੀ ਤੌਰ ਤੇ ਪਹਿਨਣਾ ਪਵੇਗਾ ਕੈਪਟਨ ਨੇ ਬੱਸਾਂ ਵਿੱਚ ਸਮਰੱਥਾ ਤੋਂ ਕੇਵਲ 50% ਸਵਾਰੀਆਂ ਬਿਠਾਉਣ ਦੀ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ ਮੁੱਖ ਮੰਤਰੀ ਨੇ ਇਹ ਐਲਾਨ ਬੱਸਾਂ ਦੀ ਸਹੂਲਤ ਨਾ ਹੋਣ ਕਾਰਨ ਆਉਣ-ਜਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕੀਤਾ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 50% ਸਵਾਰੀਆਂ ਬਿਠਾਉਣ ਦੀ ਸ਼ਰਤ ਨਾਲ ਬੱਸਾਂ ਚਲਾਉਣ ਦੀ ਆਗਿਆ ਦਿੱਤੀ ਸੀ ਫੇਸਬੁਕ ਲਾਈਵ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਨਿੱਜੀ ਬੱਸਾਂ ਵਾਲੇ ਵਿੱਤੀ ਨੁਕਸਾਨ ਕਾਰਨ ਸੀਮਿਤ ਸਮਰੱਥਾ ਨਾਲ ਬੱਸਾਂ ਚਲਾਉਣ ਤੋਂ ਇਨਕਾਰ ਕਰ ਰਹੇ ਹਨ ਖਾਸ ਕਰ ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਕਰੋਨਾ ਬਾਰੇ ਬੋਲਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਕਰੋਨਾ ਦੇ ਆਂਕੜੇ ਵਧਣ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ ਤੇ ਲਾਕਡਾਊਨ ਵਿਦ ਆਊਟ ਦਾ ਫੈਸਲਾ ਹਾਲਾਤਾਂ ਨੂੰ ਮੁੱਖ ਰੱਖ ਕੇ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਲਾਸ ਨਾਇਕ सलीम ਖਾਨ ਦੇ ਪਰਿਵਾਰਿਕ ਮੈਂਬਰ ਨੂੰ ਐਕਸ ਗ੍ਰੇਸ਼ੀਆ ਤੇ ਨੌਕਰੀ ਦੇਣ ਦਾ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਲਾਸ ਨਾਇਕ सलीम ਖਾਨ ਜਿਸ ਨੇ ਲਦਾਖ ਵਿਖੇ ਡਿਊਟੀ ਨਿਭਾਉਂਦੇ ਆ ਆਪਣੀ ਜਾਨ ਦਿੱਤੀ ਦੇ ਇੱਕ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ चीन ਨੂੰ ਮੋਟੋੜਾ ਜਵਾਬ ਦੇਣ ਲਈ ਪੂਰਬੀ ਲਦਾਖ ਸਰਹੱਦ ਤੇ ਭਾਰਤ ਨੇ ਤਣਾਤ ਕੀਤੀਆਂ ਉੱਚ ਸਮਰੱਥਾ ਦੀਆਂ ਮਿਜ਼ਾਈਲਾ ਪੂਰਬੀ ਲਦਾਖ ਚ ਭਾਰਤ ਤੇ ਚੀਨ ਦੇ ਵਿੱਚ ਖੂਨੀ ਝੜਪ ਤੋਂ ਬਾਅਦ ਭਾਰਤ ਹੁਣ ਪੂਰੀ ਤਰ੍ਹਾਂ ਮੁਸਤੈਦ ਹੈ ਅਸਲ ਕੰਟਰੋਲ ਰೇಖਾ ਐਲ اے سی ਤੇ ਚੀਨੀ ਲੜਾਕੂ ਜੱਟ ਤੇ ਹੈਲੀਕਾਪਟਰ ਦਿਖਾਈ ਦੇਣ ਤੋਂ ਬਾਅਦ ਭਾਰਤ ਹੁਣ ਆਪਣੇ ਉੱਚ ਮਾਰਕ ਸਮਰੱਥਾ ਵਾਲੇ ਹਥਿਆਰ ਐਲ اے سی ਤੇ ਤੈਨਾਤ ਕਰ ਰਿਹਾ ਹੈ ਭਾਰਤੀ ਸੈਨਾ ਨੇ ਅਜੇ ਹਾਲੀ ਚ ਪੂਰਬੀ ਲਦਾਖ ਖੇਤਰ ਚ ਹਵਾ ਚ ਦੂਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤੈਨਾਤ ਕੀਤੀਆਂ ਹਨ ਸਮਾਚਾਰ ਏਜੰਸੀ ਏਐਨਆਈ ਦੇ ਸਰਕਾਰੀ ਸੂਤਰਾ ਅਨੁਸਾਰ ਖੇਤਰ ਚ ਚੱਲ ਰਹੇ ਨਿਰਮਾਨ ਦੇ ਹਿੱਸੇ ਦੇ ਰੂਪ ਚ ਭਾਰਤੀ ਵਾਯੂ ਸੈਨਾ ਚੀਨੀ ਵਾਯੂ ਸੈਨਾ ਨੂੰ ਮੂੰਹ ਤੋੜ ਜਵਾਬ ਦੇ ਸਕੀਏ ਇਸ ਲਈ ਇਹਨਾਂ ਮਿਜ਼ਾਈਲਾਂ ਨੂੰ ਪੂਰਬੀ ਲਦਾਖ ਦੇ ਭਾਰਤ-ਚੀਨ ਸੀਮਾ ਤੇ ਤਣਾਤ ਕੀਤਾ ਗਿਆ ਹੈ ਸਰਕਾਰ ਨੇ ਉਜਵਲਾ ਯੋਜਨਾ ਤਹਿਤ ਫ੍ਰੀ ਐਲਪੀਜੀ ਸਿਲੰਡਰ ਵੰਡਣ ਦੀ ਨੀਤੀ 'ਚ ਕੀਤਾ ਬਦਲਾ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਫ੍ਰੀ ਐਲਪੀਜੀ ਸਿਲੰਡਰ ਵੰਡਣ ਦੀ ਨੀਤੀ 'ਚ ਬਦਲਾ ਕੀਤਾ ਸਰਕਾਰ ਨੇ ਇਸ ਸਕੀਮ ਤਹਿਤ ਕੋਰੋਨਾ ਸੰਕਟ ਕਾਰਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਪ੍ਰਧਾਨ ਮੰਤਰੀ ਉਜਵਲਾ ਯੋਜਨਾ 'ਚ 3 ਮਹੀਨੇ ਤੱਕ ਗਰੀਬਾਂ ਨੂੰ ਬਿਨਾਂ ਕਿਸੇ ਫੀਸ ਐਲਪੀਜੀ ਸਿਲੰਡਰ ਵੰਡਣ ਦਾ ਫੈਸਲਾ ਕੀਤਾ ਸੀ ਇਸ ਯੋਜਨਾ ਤਹਿਤ ਸ਼ੁਰੂਆਤੀ 2 ਮਹੀਨੇ ਅਪ੍ਰੈਲ ਤੇ ਮਈ 'ਚ ਲਾਪਤ ਦੇ ਖਾਤੇ 'ਚ ਸਿੱਧਾ ਲਾਭ ਤਬਾਦਲਾ ਤਹਿਤ ਐਡਵਾਂਸ ਤੌਰ ਤੇ ਤਨ ਰਸ਼ੀ ਪ੍ਰਦਾਨ ਕੀਤੀ ਗਈ ਸੀ ਤਾਂ ਜੋ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ ਸਰਕਾਰ ਨੇ ਜੂਨ ਮਹੀਨੇ ਲਈ ਇਸ ਨੀਤੀ 'ਚ ਬਦਲਾਅ ਕੀਤਾ ਹੁਣ ਲਾਪਾਤਰੀ ਨੂੰ ਜੂਨ ਲਈ ਪਹਿਲਾਂ ਖੁਦ LPG ਸਿਲੰਡਰ ਦੀ ਕੀਮਤ ਚੁਕਾਣੀ ਪਵੇਗੀ ਤੇ ਇਹ ਰਾਸ਼ੀ ਮਗਰੋਂ ਸਰਕਾਰ ਵੱਲੋਂ ਉਸਦੇ ਖਾਤੇ 'ਚ ਪਾ ਦਿੱਤੀ ਜਾਵੇਗੀ ਕਰੋਨਾ ਵਾਇਰਸ ਲਾਕਡਾਊਨ ਦੌਰਾਨ ਗਰੀਬਾਂ ਦੀ ਪ੍ਰੇਸ਼ਾਨੀ ਨੂੰ ਘੱਟ ਕਰਨ ਦੇ ਚਲਦਿਆਂ ਸਰਕਾਰ ਨੇ ਇਹ ਸਕੀਮ ਚਾਲੂ ਕੀਤੀ ਸੀ ਇਸ ਕਾਰਨ ਉਜਵਲਾ ਯੋਜਨਾ 'ਚ ਰਜਿਸਟਰਡ ਲੋਕ ਹੀ ਇਸ ਦਾ ਲਾਭ ਚੁੱਕ ਸਕਦੇ ਹਨ 6 ਮਹੀਨਿਆਂ ਚ ਸੜਕੀ ਮਾਰਗ ਰਾਹੀਂ ਜਾ ਸਕੋਗੇ ਮੰਦ ਸਰੂਵਰ ਕੇਂਦਰੀ ਮੰਤਰੀ ਨਿਤਿਨ ਗਟਕਰੀ ਨੇ ਆਪਣੇ ਵਿਭਾਗ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਅਸੀਂ ਚਾਰ ਧਾਮ ਦੀ ਯਾਤਰਾ ਨੂੰ ਲੈ ਕੇ ਸੜਕ ਬਣਾ ਰਹੇ ਹਾਂ ਇਸ ਤੋਂ ਬਾਅਦ ਬਦਰੀਨਾਥ ਕੇਦਾਰਨਾਥ ਗੰਗੋਤਰੀ ਯਮੁਨੋਤਰੀ ਪੂਰਾ ਸਾਲ ਜਾ ਸਕਾਂਗੇ ਕੋਈ ਆਫਤ ਨਹੀਂ ਰੁਕੇਗੀ। ਮਾਂਸਰੂਵਰ ਜਾਣ ਲਈ ਵੀ ਸੜਕ ਬਣਾਉਣ ਦਾ ਕੰਮ 6 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਮਾਂਸਰੂਵਰ ਜਾਣ ਲਈ ਨੇਪਾਲ ਜਾਂ ਸਿਕਮ ਜਾਂਦੀ ਲੋੜ ਨਹੀਂ ਪਵੇਗੀ। ਪਿਥੋਰਾਗੜ ਤੋਂ ਵੀ ਜਾ ਸਕਾਂਗੇ। ਉਹ ਮੋਦੀ ਸਰਕਾਰ ਦੀ ਵਰੇਗੰਢ ਦੇ ਮੌਕੇ ਤੇ ਰਾਜਸਥਾਨ ਦੀ ਜਨ ਸੰਵਾਦ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਦੱਸਿਆ ਕਿ ਦਿੱਲੀ-ਮੁੰਬਈ ਐਕਸਪ੍ਰੈਸ ਵੇ ਦਾ ਕੰਮ 3 ਸਾਲ ਵਿੱਚ ਪੂਰਾ ਹੋ ਜਾਵੇਗਾ। ਉਹਨਾਂ ਰਾਜਸਥਾਨ ਕੋਟਾ ਤੋਂ ਮੱਧ ਪ੍ਰਦੇਸ਼ ਤੱਕ ਲਈ ਚੰਬਲ ਐਕਸਪ੍ਰੈਸਵੇ ਅਤੇ ਅਜਮੇਰ ਤੋਂ ਬਠਿੰਡਾ ਤੱਕ ਗ੍ਰੀਨਫੀਲਡ ਐਕਸਪ੍ਰੈਸਵੇ ਬਣਾਉਣ ਦਾ ਵੀ ਐਲਾਨ ਕੀਤਾ ਅਮਰੀਕਾ ਨੇ ਚੀਨੀ ਅਧਿਕਾਰੀਆਂ ਉੱਪਰ ਲਗਾਈ ਵੀਜ਼ਾ ਪਾਬੰਦੀ ਹਾਂਗਕਾਂਗ ਦੀ ਖੁਦਮੁਖਤਿਆਰੀ ਨੂੰ ਲੈ ਕੇ ਅਮਰੀਕਾ ਨੇ ਚੀਨ ਦੇ ਅਧਿਕਾਰੀਆਂ ਉੱਪਰ ਵੀਜ਼ਾ ਪਾਬੰਦੀ ਲਗਾ ਦਿੱਤੀ ਹੈ ਅਮਰੀਕਾ ਵੱਲੋਂ ਲਗਾਈ ਪਾਬੰਦੀ ਦਾ ਚੀਨ ਨੇ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਉਹ ਰਾਸ਼ਟਰੀ ਸੁਰੱਖਿਆ ਲਈ ਸਖਤ ਕਦਮ ਉਠਾਏਗਾ ਇਸੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਾਹਿਤ ਵੈਪੀ